ਕੰਗਣਾ ਰਣੌਤ ਨੇ ਜਿਹੜੀ ਸੰਵਿਧਾਨ ਦੀ ਐਮਪੀ ਬਣਨ ਦੇ ਲਈ ਸਹੁੰ ਖਾਧੀ ਹੈ, ਦੁਖਾਂਤ ਤੁਹਾਨੂੰ ਮੈਂ ਦੱਸਦਾ, ਉਹ ਉਹਦੇ ਵਿੱਚ ਆਪਣਾ ਫਰਜ਼ ਪੂਰਾ ਕਰਨ ਦੀ ਥਾਂ ਤੇ ਆ ਫਿਲਮਾਂ ਦੇ ਵਿੱਚ ਨਫ਼ਰਤ ਫੈਲਾ ਰਹੀ ਹੈ, ਕਿਉਂਕਿ ਜਿਸ ਦਿਨ ਕਲਕੱਤਾ ਦੇ ਵਿੱਚ ਮੌਮਿਤਾ ਦਾ ਰੇਪ ਹੋਇਆ, ਉਹ ਤੁਸੀਂ ਦੇਖਿਆ ਜੀ ਕਿੱਡਾ ਦਰਦਨਾਕ ਰੇਪ ਹੈ, ਉਸੇ ਦਿਨ ਕੰਗਣਾ ਦੀ ਕੌਂਸਟੀਚੁਐਂਸੀ ਦੇ ਵਿੱਚ ਵੀ ਇੱਕ ਔਰਤ ਦਾ ਰੇਪ ਹੋਇਆ, ਕੱਲਾ ਰੇਪ ਨਹੀਂ ਹੋਇਆ ਉਹਦਾ ਮਰਡਰ ਕਰ ਦਿੱਤਾ ਗਿਆ, ਹੋਟਲ ਬਲੈਕ ਮੈਜਿਕ ਜੀ ਹੈ, ਠੀਕ ਹੈ ਜੀ, ਬਲੈਕ ਮੈਜਿਕ ਜਾਂ ਕੁਛ ਇਦਾਂ ਦਾ ਨਾਮ ਹੈ, ਇਸ ਵੇਲੇ ਮੇਰੇ ਕੋਲ ਡਾਟਾ ਨਹੀਂ, ਮੈਂ ਤੁਹਾਨੂੰ ਅਵੇਲੇਬਲ ਕਰਾ ਦਾਂਗਾ। ਉਸ ਹੋਟਲ ਦੇ ਵਿੱਚ ਉਹਦਾ ਕੁੜੀ ਦਾ ਰੇਪ ਕਰਕੇ, ਠੀਕ ਹੈ, ਮਰਡਰ ਕਰਕੇ ਉਹਦੀ ਲਾਸ਼ ਨੂੰ ਵੀ ਖੁਰਦ ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਪਾਣੀ 'ਚ ਸਿੱਟਣ ਦੀ। ਇੱਕ ਐਮਪੀ ਦੀ ਡਿਊਟੀ ਹੁੰਦੀ ਹੈ, ਆਪਣੇ ਲੋਕਾਂ ਨੇ ਉਹਨੂੰ ਚੁਣ ਕੇ ਬਣਾਇਆ ਲੋਕਾਂ ਦੀ ਇਹ ਹੱਕਾਂ ਦੀ ਗੱਲ ਕਰਨ ਵਾਸਤੇ, ਨਾ ਕਿ ਦੇਸ਼ ਦੇ ਟੋਟੇ ਕਰਨ ਵਾਸਤੇ, ਨਫ਼ਰਤ ਫੈਲਾਉਣ ਕਰਕੇ। ਇਸ ਮੂਰਖ ਬੀਬੀ ਨੇ ਦੋ ਸਟੇਟਾਂ ਦੀ ਆਪਸ ਲੜਾਈ ਪਵਾਤੀ ਹੈ। ਪੰਜਾਬ ਦੀ ਗੱਲ ਤਾਂ ਦੂਰ ਆ, ਹਿਮਾਚਲ ਦੇ ਵਿੱਚ ਸਭ ਤੋਂ ਜ਼ਿਆਦਾ ਟੂਰਿਜ਼ਮ ਜੇ ਕਿਤੋਂ ਆਉਂਦਾ ਹੁੰਦਾ ਸੀ, ਪੰਜਾਬ ਤੋਂ ਆਉਂਦਾ ਸੀ ਨਾਲ ਲੱਗਦੇ, ਪੰਜਾਬ ਤੋਂ ਆਉਂਦਾ ਸੀਗਾ, ਬਿਲਕੁਲ ਠੀਕ ਹੈ ਜੀ, ਉਹਨਾਂ ਨੂੰ ਕਿੰਨਾ ਇਕਨੋਮਿਕ ਰੈਵਨਿਊ ਜਨਰੇਟ ਹੁੰਦਾ ਸੀ, ਜਿਹੜੀ ਉਹ ਟੂਰਿਜ਼ਮ ਇੰਡਸਟਰੀ ਸਾਰੀ ਖਰਾਬ ਹੋ ਗਈ, ਕੀ ਉਹਨਾਂ ਦਾ ਖਰਚਾ ਇਹ ਕੰਗਣਾ ਪੂਰਾ ਕਰੇਗੀ?